ਹਜ਼ਰਤ ਯਾਕੂਬ ਮੁਲਖ ਕਨਾਨ ਵਿੱਚ ਰਹਿਣੇ ਸਨ, ਜਿੱਥੇ ਉਹਨਾਂ ਦਾ ਪਿਓ ਮੁਸਾਫਰ ਨਹੀਂ ਤਰਾ ਰਿਹਾ। ਹਜ਼ਰਤ ਯੂਸਫ 17 ਸਾਲਾਂ ਦੀ ਉਮਰ ਵਿੱਚ ਆਪਣੇ ਭਰਾਵਾਂ ਨਾਲ, ਜਿਹੜੇ ਹਜ਼ਰਤ ਯਾਕੂਬ ਦੀਆਂ ਬੀਵੀਆਂ ਬਿਲਹਾ ਅਤੇ ਜ਼ਿਲਫਾ ਨੇ ਪੁੱਤਰ ਸਨ, ਭੇਡਾਂ ਬੱਕਰੀਆਂ ਚਰਾਉਣੇ ਹੋਣੇ ਸਨ। ਹਜ਼ਰਤ ਯੂਸਫ ਉਹਨਾਂ ਨੇ ਭੈੜੇ ਕੰਮਾਂ ਦੀ ਸ਼ਿਕਾਇਤ ਆਪਣੇ ਪਿਓ ਕੀ ਲਾਉਣੇ ਹੋਣੇ ਸਨ। ਹਜ਼ਰਤ ਯਾਕੂਬ ਆਪਣੇ ਸਾਰੇ ਪੁੱਤਰਾਂ ਕੋਲੋਂ ਹਜ਼ਰਤ ਯੂਸਫ ਕੀ ਬਹੁਤ ਜ਼ਿਆਦਾ ਪਿਆਰ ਕਰਨੇ ਸਨ, ਕਿਉਂਕਿ ਉਹ ਉਹਨਾਂ ਦੀ ਬੁੱਢੀ ਉਮਰ ਵਿੱਚ ਪੈਦਾ ਹੋਏ ਸਨ। ਇਸ ਵਾਸਤੇ ਹਜ਼ਰਤ ਯਾਕੂਬ ਉਹਨਾਂ ਕੀ ਇੱਕ ਰੰਗਦਾਰ ਝੋਲਾ ਬਣਾਈ ਕੇ ਦਿੱਤਾ। ਇਸ ਵਜ੍ਹਾ ਨਾਲ ਹਜ਼ਰਤ ਯੂਸਫ ਨੇ ਭਰਾ ਉਹਨਾਂ ਨਾਲ ਨਫ਼ਰਤ ਕਰਨ ਲੱਗੀ ਪਏ। ਇੱਕ ਦਿਹਾੜੇ ਹਜ਼ਰਤ ਯਾਕੂਬ ਹਜ਼ਰਤ ਯੂਸਫ ਕੀ ਆਖਿਆ, ਤੁਹਾਡੇ ਭਰਾ ਸਿਕਮ ਵਿੱਚ ਭੇਡਾਂ ਬੱਕਰੀਆਂ ਚਰਾਉਣੇ ਪਏ, ਮੈਂ ਤੂੰ ਕੀ ਉਹਨਾਂ ਕੋਲ ਭੇਜਣਾ ਪਿਆ? ਉਹਨਾਂ ਆਖਿਆ, ਮੈਂ ਤਿਆਰ ਹਾਂ। ਜਦੋਂ ਭਰਾਵਾਂ ਹਜ਼ਰਤ ਯੂਸਫ ਕੀ ਦੂਰੋਂ ਅਸ਼ਨੀਆਂ ਤੱਕਿਆ, ਉਹਨਾਂ ਇਹ ਸਾਜ਼ਿਸ਼ ਕੀਤੀ ਕਿ ਇਸ ਕੀ ਕਤਲ ਕਰੀ ਛੋੜਾਂ। ਜਿਸ ਵੇਲੇ ਹਜ਼ਰਤ ਯੂਸਫ ਆਪਣੇ ਭਰਾਵਾਂ ਕੋਲ ਪਹੁੰਚੇ ਤਾਂ ਉਹਨਾਂ ਇਹਨਾਂ ਨੇ ਰੰਗਦਾਰ ਝੋਲੇ ਕੀ ਲਾਈ ਕਿੰਦਾ ਤਾਂ ਫਿਰ ਉਹਨਾਂ ਕੀ ਪਕੜੀ ਕੇ ਇੱਕ ਖੱਡੇ ਵਿੱਚ ਸੱਟੀ ਛੋੜਿਆ। ਫਿਰ ਉਹ ਰੋਟੀ ਖਾਣੇ ਵਾਸਤੇ ਬੈਠੇ, ਉਸ ਵੇਲੇ ਉਹਨਾਂ ਤੱਕਿਆ ਕਿ ਬਣੀ ਇਸਮਾਇਲੀਆਂ ਦਾ ਇੱਕ ਕਾਫਲਾ ਜਿਲਾਦ ਦੇ ਇਲਾਕੇ ਤੋਂ ਅਸ਼ਨਾ ਪਿਆ, ਜਿਹੜਾ ਮੁਖਤਲਿਫ ਕਿਸਮ ਦੇ ਖੁਸ਼ਬੂਦਾਰ ਮਸਾਲੇ ਊਂਠਾਂ ਪਰ ਲੱਦੀ ਕੇ ਮਿਸਰ ਦਰ ਜਾਣਾ ਪਿਆ। ਫਿਰ ਭਰਾਵਾਂ ਹਜ਼ਰਤ ਯੂਸਫ ਕੀ ਖੱਡੇ ਵਿੱਚੋਂ ਬਾਹਰ ਕੱਢੀ ਕਹਿੰਦਾ ਤਾਂ ਉਹਨਾਂ ਕੀ ਬਣੀ ਇਸਮਾਇਲੀਆਂ ਅੱਗੇ ਚਾਂਦੀ ਦੀਆਂ 20 ਸਿੱਕਿਆਂ ਵਾਸਤੇ ਵੇਚੀ ਸੱਟਿਆ। ਫਿਰ ਸੌਦਾਗਰ ਯੂਸਫ ਕੀ ਮਿਸਰ ਕਿਨੀ ਗਏ। ਫਿਰ ਭਰਾਵਾਂ ਇੱਕ ਬੱਕਰਾ ਕੋਈ ਕਿ ਯੂਸਫ ਨਾਲ ਝੋਲਾ ਬੱਕਰੇ ਨੇ ਖੂਨਾਂ ਨਾਲ ਸੇੜੀ ਛੋੜਿਆ। ਉਹਨਾਂ ਉਹ ਝੋਲਾ ਆਪਣੇ ਪਿਓ ਕੋਲ ਖੜੀ ਕੇ ਆਖਿਆ, ਅਸਾਂ ਕੀ ਇਹ ਚੀਜ਼ ਲੱਭੀ ਹੈ, ਹੁਣ ਤੁਸਾਂ ਸਿਆਣੋ ਕਿ ਇਹ ਤੁਸਾਂ ਨੇ ਹੀ ਪੁੱਤਰਾਂ ਨਾਲ ਝੋਲਾ ਹੈ ਕਿ ਨਹੀਂ। ਹਜ਼ਰਤ ਯਾਕੂਬ ਉਸਕੀ ਸਿਆਣੀ ਕਿੰਦਾ ਤਾਂ ਆਖਿਆ, ਇਹ ਮਾੜੇ ਹੀ ਪੁੱਤਰਾਂ ਨਾਲ ਝੋਲਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਈ ਖਤਰਨਾਕ ਦਰਿੰਦਾ ਉਸਕੀ ਖਾਈ ਗਿਆ। ਇਸਮਾਇਲੀਆਂ ਹਜ਼ਰਤ ਯੂਸਫ ਕੀ ਮਿਸਰ ਵਿੱਚ ਆਉਂਦਾ ਸੀ, ਉੱਥੇ ਇੱਕ ਫੋਤੀਫਾਰ ਨਾਮੀ ਮਿਸਰੀ ਸੀ। ਉਹ ਬਾਦਸ਼ਾਹ ਫਿਰਾਉਣ ਅੱਗੇ ਇੱਕ ਦਰਬਾਰੀ ਅਤੇ ਮੁਹਾਫਜ਼ਾ ਨਾਲ ਸਿੱਪੇ ਸਾਲਾਰ ਸੀ। ਉਸ ਹਜ਼ਰਤ ਯੂਸਫ ਕੀ ਖਰੀਦੀ ਕਹਿੰਦਾ ਸੀ,